ਗੁੜ ਦੇ ਕੜਾਹੇ ਦੇ ਵਿੱਚ ਡਿੱਗਣ ਕਰਕੇ ਇੱਕ ਬਜ਼ੁਰਗ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। 70 ਸਾਲ ਦਾ ਇਹ ਬਜ਼ੁਰਗ ਕਿਸੇ ਦੇ ਨਾਲ ਗੁੜ ਲੈਣ ਗਿਆ ਸੀ, ਜੋ ਹੀ ਗਰਮ ਕੜਾਹੇ ਦੇ ਕੋਲ ਗਿਆ, ਇਹਨੇ ਨੂੰ ਚੱਕਰ ਆ ਗਿਆ, ਇੱਕਦਮ ਗੁੜ ਵਾਲੇ ਕੜਾਹੇ ਦੇ ਵਿੱਚ ਡਿੱਗ ਪਿਆ, ਜਿਸ ਦੇ ਨਾਲ ਬਜ਼ੁਰਗ ਦਾ ਸਰੀਰ ਪੂਰੀ ਤਰ੍ਹਾਂ ਝੁਲਸ ਗਿਆ। ਪਰਿਵਾਰਕ ਮੈਂਬਰਾਂ ਨੇ ਜਲੰਧਰ ਦੇ ਇੱਕ ਨਿੱਜੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ। ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਬਜ਼ੁਰਗ ਨੇ ਦਮ ਤੋੜ ਦਿੱਤਾ। ਸੁਲਤਾਨਪੁਰ ਲੋਧੀ ਦੇ ਪਿੰਡ ਟਿੱਬਾ ਦਾ ਇਹ ਪੂਰਾ ਮਾਮਲਾ ਹੈ। ਜਾਣਕਾਰੀ ਮੁਤਾਬਿਕ ਜਦੋਂ ਇਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ ਗਈ ਤਾਂ ਉਹਨਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਬਜ਼ੁਰਗ ਸੁਰਿੰਦਰ ਸਿੰਘ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਕੁਝ ਸਮਾਂ ਰੱਖਣ ਮਗਰੋਂ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਸੁਰਿੰਦਰ ਸਿੰਘ ਨੇ ਦਮ ਤੋੜ ਦਿੱਤਾ। ਸੁਰਿੰਦਰ ਸਿੰਘ ਦੀ ਅਚਾਨਕ ਹੋਈ ਇਸ ਦਰਦਨਾਕ ਮੌਤ ਮਗਰੋਂ ਪੂਰੇ ਪਿੰਡ ਦੇ ਵਿੱਚ ਸਨਾਟਾ ਪਸਰ ਗਿਆ। ਘਰ ਵਿੱਚ ਬੇਹੱਦ ਗਮਗੀਨ ਮਾਹੌਲ ਹੈ। ਦੱਸਣ ਦੇ ਮੁਤਾਬਿਕ ਇਹ ਬਜ਼ੁਰਗ ਘਰ ਤੋਂ ਕੁਝ ਕਿਲੋਮੀਟਰ ਦੂਰ ਕਿਸੇ ਦੇ ਨਾਲ ਗੁੜ ਲੈਣ ਗਿਆ ਸੀ ਤਾਂ ਗਰਮ ਕੜਾਹੇ ਦੇ ਕੋਲ ਚਲਾ ਗਿਆ, ਅਚਾਨਕ ਉਸ ਦੇ ਵਿੱਚ ਡਿੱਗ ਪਿਆ, ਪੂਰਾ ਸਰੀਰ ਝੁਲਸ ਗਿਆ। ਹਸਪੀਟਲ ਦੇ ਵਿੱਚ ਜਾ ਕੇ ਇਸ ਬਜ਼ੁਰਗ ਦੀ ਮੌਤ ਹੋ ਗਈ। ਗੁੜ ਬਣਾਉਣ ਲਈ ਉੱਥੇ ਮੁੰਡੀ ਮੋੜ ਗਏ, ਨਾਲ ਉਹਨਾਂ ਦੇ ਇੱਕ ਬੰਦਾ ਜਿਹੜਾ ਡਰਾਈਵਰ ਸੀਗਾ ਸਾਡਾ, ਉਹ ਗਿਆ ਨਾਲ ਲੈ ਕੇ ਉਹਨਾਂ ਨੂੰ। ਉੱਥੇ ਜਾ ਕੇ ਉਹਨਾਂ ਨੇ ਮਤਲਬ ਗੰਨੇ ਜਿਹੜੇ ਹੋਰ ਦੇਤੇ ਉਹਨਾਂ ਨੂੰ, ਅਤੇ ਉਹਨਾਂ ਨੇ ਗੁੜ ਜਿਹੜਾ ਕੱਢਣਾ ਸ਼ੁਰੂ ਕਰਤਾ। ਇੱਕ ਪੱਤ ਜਿਹੜੀ ਸੀਗੀ ਉਹ ਬਣ ਗਈ ਸੀ, ਗੁੜ ਬਣ ਗਿਆ ਸੀ। ਦੂਸਰੀ ਪੱਤ ਦਾ ਜਿਹੜਾ ਸੀਗਾ ਗੁੜ, ਉਹਨਾਂ ਨੇ ਮਤਲਬ ਕਰੋਹ ਵਿੱਚ ਪਾਈ ਹੋਈ ਸੀ ਅਤੇ ਉਹ ਮੈਲ ਜਿਹੜੀ ਉਹਨਾਂ ਨੇ ਲਾਤੀ, ਜਿਹੜੇ ਉਹਨਾਂ ਦੇ ਕੰਮ ਸੀਗੇ ਉਹਨਾਂ ਨੇ। ਪੱਤ ਜਦੋਂ ਤਾਂ ਆਉਂਦੀ ਆ ਤਾਂ ਉਦੋਂ ਮੁੜ ਕੇ ਥੋੜ੍ਹੀ ਥੋੜ੍ਹੀ ਮੈਲ ਫਿਰ ਆਈ ਜਾਂਦੀ ਹੈ, ਪਰ ਉਹ ਬੰਦੇ ਜਿਹੜੇ ਉਹ ਚੰਗੀ ਤਰ੍ਹਾਂ ਉਹਨੂੰ ਨਹੀਂ ਮੁੜ ਕੇ ਸਾਫ਼ ਕਰਦੇ, ਵੀ ਉਹ ਆਪਦੇ ਕੰਮ 'ਚ ਲੱਗੇ ਰਹਿੰਦੇ ਸੀ। ਇਹਨੂੰ ਹੋਇਆ ਵੀ ਮੈਂ ਮੈਲ ਜਿਹੜੀ ਮੈਂ ਲਾ ਦਵਾਂ, ਅਤੇ ਉਹ ਮੈਲ ਲਾਉਣ ਲੱਗਾ। ਉਹਨਾਂ ਨੇ ਕਿਹਾ ਬਾਪੂ ਚੱਲ ਤੂੰ ਰਹਿਣ ਦੇ, ਮੈਲ ਅਸੀਂ ਲਾ ਦਿੰਦੇ ਹਾਂ। ਉਹ ਕਹਿੰਦਾ ਯਾਰ ਮੈਂ ਵੀ ਸਾਰੀ ਉਮਰ ਇਹੋ ਕੰਮ ਕੀਤਾ ਅਤੇ ਮੈਂ ਆਪੇ ਲਾ ਲੈਂਦਾ, ਕੋਈ ਨਹੀਂ। ਮੈਲ ਲਾ ਕੇ ਜਦੋਂ ਤਾਂ ਖੜ੍ਹਾ ਹੋਇਆ ਅਤੇ ਉਦੋਂ ਉਹਦੇ ਦੱਸਣ ਸਾਰ ਵੀ ਮੈਨੂੰ ਉਹਦੀ ਹਵਾੜ ਜੀ ਜਿਹੜੀ ਆ ਮੇਰੇ ਮੂੰਹ ਨੂੰ ਪਈ। ਜਦੋਂ ਹਵਾੜ ਪਈ ਤਾਂ ਉਹ ਤੋਂ ਮਗਰੋਂ ਮੈਨੂੰ ਕਹਿੰਦਾ ਕੋਈ ਨਹੀਂ ਪਤਾ ਲੱਗਾ ਵੀ ਮੈਂ ਕਿੱਦਾਂ ਡਿੱਗਾ ਅਤੇ ਕਿੱਧਰ ਨੂੰ ਮੇਰਾ ਮੂੰਹ ਹੋਇਆ। ਮੈਂ ਪਿਛਲੇ ਪਾਸੇ ਨੂੰ, ਪਿਛਲੇ ਖੁਰੀ ਨੂੰ, ਮਤਲਬ ਉਹ ਬੈਕ ਸਾਈਡ ਨੂੰ ਡਿੱਗਾ, ਅਤੇ ਜਦੋਂ ਕਿ ਪਹਿਲਾਂ ਉਹਦਾ ਮੂੰਹ ਜਿਹੜਾ ਸੀ ਕੜਾਹੇ ਵੱਲ ਨੂੰ ਸੀ, ਅਤੇ ਉਹ ਨਹੀਂ ਹੁਣ ਪਤਾ ਲੱਗਿਆ ਵੀ ਉਹਦਾ ਮਤਲਬ ਮੂੰਹ ਫਿਰ ਵੀ ਉਹ ਪਿਛਲੇ ਬੰਨੇ ਨੂੰ ਕਿੱਦਾਂ ਹੋਇਆ ਅਤੇ ਉਹ ਕਿੱਦਾਂ ਬੈਕ ਨੂੰ ਡਿੱਗਾ, ਵੀ ਉਹਦਾ ਨਹੀਂ ਕੋਈ ਸਮਝ ਆਈ। ਸਾਨੂੰ ਸੂਚਨਾ ਜਿਹੜੀ ਉੱਥੋਂ ਮੈਨੂੰ ਫੋਨ ਆਇਆ ਮਤਲਬ ਮੁੰਡੀ ਮੋੜ ਤੋਂ, ਜਿਨ੍ਹਾਂ ਦੇ ਜਿੱਥੇ ਉਹ ਕੰਮ ਕਰਦੇ ਉੱਥੋਂ ਜਿਹੜੇ ਹੋਰ ਬੰਦੇ ਸੀਗੇ ਨਾਲ, ਕਿਉਂਕਿ ਜਿਹੜਾ ਮਾਲਕ ਸੀਗਾ ਉਹ ਉਦੋਂ ਉਹ ਅੰਮ੍ਰਿਤਸਰ ਨੂੰ ਆਪ ਗਿਆ ਸੀ ਉਹਦੇ ਕੋਈ ਲੱਤ ਦਿਖਾਉਣ ਲਈ, ਅਤੇ ਉਹ ਉੱਥੇ ਮੌਜੂਦਾ ਆਪ ਨਹੀਂ ਸੀਗਾ ਪਰ ਉਹਨਾਂ ਦੇ ਕੰਮ ਹੀ ਸੀਗੇ। ਅਤੇ ਉੱਥੋਂ ਪਤਾ ਨਹੀਂ ਕਿਵੇਂ ਮੈਨੇ ਕੀਤਾ ਜਾਂ ਕਿਹਨੇ ਫੋਨ ਕੀਤਾ, ਮੈਨੂੰ ਫੋਨ ਆਇਆ ਵੀ ਪੁੱਛਿਆ ਮੈਨੂੰ ਤੁਸੀਂ ਟਿੱਬੋਂ ਬੋਲਦੇ, ਮੈਂ ਹਾਂ, ਕਹਿੰਦੇ ਵੀ ਤੁਹਾਡਾ ਬ੍ਰਦਰ ਜਿਹੜਾ ਸੁਰਿੰਦਰ ਸਿੰਘ ਆ ਉਹ ਇੱਦਾਂ ਮਤਲਬ ਉੱਥੇ ਡਿੱਗਿਆ ਕੜਾਹੇ ਵਿੱਚ, ਤੁਸੀਂ ਜਦ ਦੀ ਗੱਡੀ ਲੈ ਕੇ ਆ ਜਾਓ। ਨਹੀਂ ਜਦੋਂ ਜਦੋਂ ਮੈਂ ਉੱਥੇ ਗਿਆ ਵਾਂ ਮੇਰੇ ਜਾਣ ਤੋਂ ਪਹਿਲਾਂ ਨਾ ਉਹਨਾਂ ਦੇ ਪਿੰਡ ਦਾ ਉੱਥੋਂ ਮੁੰਡੀ ਮੋੜ ਦਾ ਮਤਲਬ ਇੱਕ ਜਿਹੜਾ ਬੰਦਾ ਸੀਗਾ ਬਾਲਮੀਕਿ ਕਮਿਊਨਿਟੀ ਦਾ ਸੀ ਬੰਦਾ ਜਿਹੜਾ, ਉਹਦਾ ਘੜੂਕਾ ਸੀਗਾ, ਅਤੇ ਉਹਦੇ ਘੜੂਕੇ 'ਤੇ ਫਿਰ ਇਹਨੇ ਉਹਨਾਂ ਨੂੰ ਦੱਸਿਆ ਵੀ ਮੇਰਾ ਭਤੀਜਾ ਆ ਉੱਥੇ ਫੱਤੂ ਢਿੰਗੇ, ਉਹਦਾ ਹੈਗੀ ਵਰਕਸ਼ਾਪ ਆ ਟਰੈਕਟਰਾਂ ਦੀ, ਪਾਲ ਸਿੰਘ, ਵੀ ਮੈਨੂੰ ਤੁਸੀਂ ਉਹਦੇ ਕੋਲ ਪਹੁੰਚਾ ਦਿਓ। ਉਹਨਾਂ ਨੇ ਫਿਰ ਉਹ ਘੁੜਕੇ 'ਤੇ ਮਤਲਬ ਉਹਨੂੰ ਪਾ ਕੇ ਉੱਥੋਂ ਮੰਜੇ 'ਤੇ ਅਤੇ ਉੱਥੇ ਲੈ ਗਏ। ਉਹਨੇ ਉੱਥੇ ਮੁੰਡੀ ਆਪਣੇ ਫੱਤੂ ਢਿੰਗੇ ਇੱਕ ਡਰਾਈਵਰ ਆਪਣਾ ਡਾਕਟਰ ਰੰਧਾਵਾ,
ਉਹਦੇ ਕੋਲ ਜਾ ਕੇ ਉਹਨੂੰ ਦੱਸਿਆ ਵੀ ਇੱਦਾਂ ਹੋਈ ਤਾਂ ਵੀ ਫਸਟ ਏਡ ਕੋਈ ਦੇ ਦਿਓ। ਉਹਨਾਂ ਨੇ ਇੱਕ ਦੋ ਟੀਕੇ ਲਾਏ ਕੁਝ, ਜਦੋਂ ਮੈਂ ਉਹਨੇ ਚਿਰ ਨੂੰ ਮੈਂ ਵੀ ਪਹੁੰਚ ਗਿਆ, ਫਿਰ ਉਹਨੇ ਗੋਲੀਆਂ ਦਿੱਤੀਆਂ ਡਾਕਟਰ ਨੇ, ਅਤੇ ਉਹ ਮੈਂ ਆਪ ਦੇ ਹੱਥੀਂ ਉਹਨੂੰ ਖਵਾਈਆਂ ਉੱਥੇ, ਅਤੇ ਗੋਲੀਆਂ ਖਵਾ ਕੇ ਅਤੇ ਫਿਰ ਅਸੀਂ ਕਾਰ ਵਿੱਚ ਉਹਨੂੰ ਲਟਾ ਲਿਆ, ਅਤੇ ਫਿਰ ਅਸੀਂ ਜਲੰਧਰ ਨੂੰ ਲੈ ਗਏ, ਨਿੱਜੀ ਹਸਪਤਾਲ ਵਿੱਚ ਲਿਜਾ ਕੇ ਦਾਖਲ ਹੋਏ। ਉਮਰ ਉਹਨਾਂ ਦੀ 70 ਦੇ ਕਰੀਬ ਸੀ, ਅਬਾਊਟ, ਮਤਲਬ 70 ਸਾਲ ਵੱਧ ਹੋ ਸਕਦੀ ਜਾਂ ਸਾਲ ਘੱਟ ਹੋ ਸਕਦੀ। ਸਾਹ ਚੱਲਦੇ ਬਿਲਕੁਲ ਸਹੀ ਸੀ, ਗੱਲਾਂ ਬਾਤਾਂ ਕਰਦੇ, ਪਰ ਤਕਲੀਫ ਬਹੁਤ ਸੀ ਉਹਨਾਂ ਨੂੰ, ਤਕਲੀਫ ਸਾੜ ਦਾ ਨਹੀਂ ਸੀ ਕਹਿੰਦੇ, ਮਤਲਬ ਕਹਿੰਦੇ ਮੇਰਾ ਪੇਟ ਮਤਲਬ ਜਿਹੜਾ ਹੈਗਾ ਉਹਦੇ 'ਚ ਬਹੁਤ ਮਤਲਬ ਦਰਦ ਬਹੁਤ ਤਿੱਖੀ ਹੁੰਦੀ, ਮੇਰਾ ਲੱਕ ਹੈ ਨਹੀਂ, ਮੇਰਾ ਲੱਕ ਬਹੁਤ ਦੁਖਦਾ, ਅਤੇ ਮੈਨੂੰ ਛੇਤੀ ਪਹੁੰਚਾ ਦਿਓ ਹਸਪਤਾਲ। ਆਖਰੀ ਸਮੇਂ ਤੱਕ ਸਾਡੇ ਨਾਲ ਗੱਲਬਾਤ ਪੂਰੀ ਕਰਦੇ ਰਹੇ, ਆਖਰੀ ਮਿੰਟ ਤੱਕ ਵੀ ਜਦੋਂ ਹੱਥਾਂ ਦੇ ਵਿੱਚ ਹੀ ਕਹਿ ਲਾ ਵੀ ਉਹਨੇ ਹਟਕੋਰਾ ਵੀ ਜਿਹੜਾ ਉਹ ਲਿਆ ਵਾ, ਤਾਂ ਉਦੋਂ ਸਾਨੂੰ ਹੋਇਆ ਵੀ ਆਖਰੀ ਟਾਈਮ ਤੱਕ ਵੀ ਹਟਕੋਰਾ ਲੈਣ ਤੋਂ ਪਹਿਲਾਂ ਵੀ ਉਹਨੇ ਪੂਰੀਆਂ ਗੱਲਾਂ ਕੀਤੀਆਂ ਸਾਡੇ ਨਾਲ, ਪਰ ਮੇਰਾ ਪੇਟ ਨਾਪ ਦਿਓ, ਹਾਂਜੀ ਮੈਨੂੰ ਬਿਠਾ ਦਿਓ, ਸਾਰਾ ਕੁਝ ਇੱਦਾਂ ਸਾਡੇ ਨਾਲ ਕਰਦਾ ਰਿਹਾ ਗੱਲਾਂ ਦੋ, ਹਾਂਜੀ ਬਿਲਕੁਲ ਐਂ ਸੁਰਤ ਵੀ ਸਾਰਾ ਕੁਝ ਠੀਕ ਠਾਕ। ਠੀਕ ਹੈ, ਹੋਰ ਪਰਿਵਾਰ ਦੇ ਵਿੱਚ ਉਹਨਾਂ ਦੇ ਕੌਣ ਕੌਣ? ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦਾ ਬੇਟਾ ਹੈ ਅਤੇ ਪੁੱਤ ਪੁੱਤੀ ਹੈ, ਉਹਨਾਂ ਦਾ ਬੇਟਾ ਅਤੇ ਉਹਨਾਂ ਦੇ ਨੌਂ ਅਤੇ ਬੱਚੇ ਜਿਹੜੇ ਹੈਗੇ ਆ ਉਹ ਫਰਾਂਸ ਹੈ, ਪੈਰਿਸ ਰਹਿ ਰਿਹਾ ਉੱਥੇ, ਅਤੇ ਇੱਕ ਲੜਕੀ ਉਹਨਾਂ ਦੀ ਜਿਹਦੀ ਮੈਰਿਜ ਜਿਹੜੀ ਸੀ ਉਹ ਉਹਨਾਂ ਨੇ ਭਵਾਨੀਪੁਰ ਕੀਤੀ ਹੋਈ ਹੈ, ਉਹਨਾਂ ਦੇ ਦੋ ਬੱਚੇ ਆ, ਉਹ ਉੱਥੇ ਆਪਦੇ ਖੁਸ਼ੀ ਖੁਸ਼ੀ ਰਹਿ ਰਹੇ ਹੈਗੇ ਆ। ਅੰਤਿਮ ਸੰਸਕਾਰ ਜਿਹੜਾ ਉਹਨਾਂ ਦਾ ਬੇਟੇ ਨੇ ਅੱਜ ਆ ਜਾਣਾ, ਅਤੇ ਉਹਨਾਂ ਦੀ ਨੌਂ ਜਿਹੜੀ ਹੈਗੀ ਆ ਉਹ ਉਹਨੇ ਕੱਲ੍ਹ ਨੂੰ ਆਉਣਾ 3 ਵਜੇ, ਇਸ ਵੇਲੇ ਕੱਲ੍ਹ ਨੂੰ ਲੇਟ ਹੋ ਜਾਣਾ ਸੰਸਕਾਰ, ਕਿਉਂਕਿ ਉਹਨਾਂ ਦੇ ਰਿਸ਼ਤੇਦਾਰ ਕੋਈ ਲੁਧਿਆਣੇ ਹੋਣੇ, ਕੋਈ ਹੋਰ ਕਿਤੋਂ ਦੂਰੋਂ ਵੀ ਆਉਣੇ ਆ, ਇਸ ਵੇਲੇ ਸੰਸਕਾਰ ਜਿਹੜਾ ਹੈਗਾ ਉਹ ਸ਼ੁੱਕਰਵਾਰ 11 ਵਜੇ ਜਿਹੜਾ ਹੈਗਾ ਉਹ ਟਿੱਬੇ ਦੇ ਸ਼ਮਸ਼ਾਨ ਘਾਟ ਵਜੇ ਜਿਹੜਾ ਕੀਤਾ ਜਾਵੇ।